ਸਾਰੇ ਜਾਣਦੇ ਹੁੰਦੇ ਸੀ ਸਿਮਰਜੀਤ ਸਿੰਘ ਮਾਨ, ਜਿੱਦਣ ਇਹਨਾਂ ਨੂੰ ਛੁਡਾਉਣਾ ਸੀ ਨਾ ਜੇਲ੍ਹ ਚੋਂ, ਇਹਨਾਂ ਦੇ ਪਿਤਾ ਜੀ ਉੱਦਣ ਉੱਥੇ ਆਏ ਸੀ 5 ਸਿੰਘ ਲੈ ਕੇ, ਬਾਬਾ ਜੀ ਉਹ ਛੁਡਾਓ ਜ਼ਰੂਰ। ਬਾਬਾ ਜੀ ਮੈਨੂੰ ਕਹਿੰਦੇ ਭਾਈ ਆਪਾਂ ਤਾਂ ਕੀ ਕਰ ਸਕਦੇ ਜਾਂ ਅਰਦਾਸ ਕਰਕੇ ਹੁਕਮਨਾਮਾ ਲੈ। ਹੁਕਮਨਾਮਾ ਆਇਆ ਮੰਦ ਲਿਆਂਦ ਬਿਖਰਿਆ ਬਿਖਰਾਤੇ। ਮੈਂ ਬਾਬਾ ਜੀ ਆਹ, ਕਹਿੰਦੇ ਭਾਈ ਹੁਕਮ ਨਹੀਂ। ਉਹ ਫਿਰ ਮਗਰ ਪੈ ਜਾ ਕਹਿੰਦੇ ਛੁਡਾਓ ਜੀ, ਫਿਰ ਜਾ ਹੁਕਮਨਾਮਾ ਲੈ। ਫਿਰ ਮਾਇਆ ਮਮਤਾ ਮੋਹਣੀ ਆ ਗਿਆ, ਫਿਰ ਹੁਕਮਨਾਮਾ ਲੈ, ਫਿਰ ਤੀਜਾ ਆ ਗਿਆ, ਫਿਰ ਚੌਥਾ ਆ ਗਿਆ। ਮੈਂ ਮਹਾਰਾਜ ਹੁਣ ਤਾਂ ਇੰਨੀਆਂ ਮੂਹਰੋਂ ਜੁੱਤੀਆਂ ਪਈਆਂ ਨਾ ਵੀ ਹੁਣ ਬਸ। ਉਹ ਫਿਰ ਕਹਿੰਦੇ ਅਸੀਂ 5 ਸਿੰਘ ਖੜੇ ਹਾਂ ਜੀ, ਉਹ ਗੁਰੂ ਗ੍ਰੰਥ ਸਾਹਿਬ ਦੀ ਗੱਲ ਹੀ ਨਾ ਮੰਨਣ। ਸਾਡੇ ਸਿੱਖ ਵੀ ਇਹੋ ਜਿਹੇ, ਗੁਰੂ ਗ੍ਰੰਥ ਸਾਹਿਬ ਦੇ ਹੁਕਮਨਾਮੇ ਨੂੰ ਮੰਨਦੇ ਹੀ ਨਹੀਂ, ਨਹੀਂ ਜੀ ਛੁਡਾਓ। ਬਾਬਾ ਜੀ ਨੇ ਇੱਕ ਗੱਲ ਕਹੀ, ਕਹਿੰਦੇ ਚੰਗਾ ਭਾਈ ਆ ਤਾਂ ਜਾਊਗਾ, ਵੋਟਾਂ 'ਚ ਨਾ ਖੜਾ ਕਰਿਓ, ਇਹ ਮੇਰੀ ਗੱਲ ਮੰਨ, ਸ਼ਰਤ ਹੈ ਮੇਰੀ। ਘਰੇ ਬੈਠਾ ਰਹੇ, ਘਰੇ ਬੈਠੇ ਦਾ ਹੀ ਮਾਣ ਸਤਿਕਾਰ ਹੋਊ, ਪੂਜਾ ਹੋਊ, ਸਾਰੀ ਦੁਨੀਆਂ ਦੀ ਗੱਲ ਮੰਨੂਗੀ, ਵੋਟਾਂ 'ਚ ਨਾ ਖੜਾਇਓ। ਪਤਾ ਉਦੋਂ ਲੱਗਿਆ ਤਾਂ ਉੱਥੋਂ ਖੜਾ ਵੀ ਦਿੱਤਾ ਤਰਨ ਤਾਰਨ 'ਤੇ। ਮੈਂ ਕਿਹਾ ਬਾਬਾ ਜੀ ਤਾਂ ਖੜਾਤਾ, ਕਹਿੰਦੇ ਭਾਈ ਚਰਖਾ ਪੁੱਠਾ ਘੁੰਮ ਜਾਓ ਹੁਣ। ਮੈਂ ਤੁਹਾਨੂੰ ਇਹ ਪ੍ਰਤੱਖ ਪਣ ਕੌੜੀ ਲੱਗੇ ਗੱਲ, ਉਦੋਂ ਬਾਅਦ ਚਰਖਾ ਸਾਰਾ ਹੀ ਪੁੱਠਾ ਹੋਇਆ। ਇੱਕ ਬਚਨ ਹੁੰਦਾ ਸੰਤਾਂ ਦਾ, ਖਵਾਇਆ ਮੈਂ, ਸੁਨੇਹਾ ਵੀ ਭੇਜਿਆ ਮੈਂ, ਕੋਲ ਜਾ ਕੇ ਕਹਿ ਕੇ ਵੀ ਆਇਆ ਵੀ ਆਹ ਗੱਲ ਕਹੀ, ਜਾ ਕੇ ਉੱਥੇ ਬਖਸ਼ਾ ਲਓ। ਗਏ ਵੀ ਪਰ ਫਿਰ ਉਸ ਤਰ੍ਹਾਂ ਬੋਲੇ ਨਹੀਂ।